जय हिंद मेरे साथियों साथियों 23 अप्रैल ਦੇ ਪੇਪਰ ਨੂੰ ਡਿਸਕਸ ਕਰ ਰਹੇ ਆ 23 अप्रैल ਦੇ ਪੇਪਰਾਂ 'ਚ ਵੀ ਕੁਝ ਕਵਸਚਨ ਪੁੱਛੇ ਗਏ ਨੇ ਜੀਕੇ ਦੇ ਆਓ ਆਪਾਂ ਨੂੰ ਡਿਸਕਸ ਕਰੀਏ ਸਾਥੀਓ ਪਹਿਲਾ ਕਵਸਚਨ ਕਿ ਕਾਂਗਰਸ ਦਾ ਪ੍ਰਥਮ ਅਧਿਖਸ਼ਪ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸੀਗੇ ਸਾਨੂੰ ਪਤਾ ਕਿ ਡਬਲਿਊ ਸੀ ਬੈਨਰਜੀ ਬੁਮੇਸ਼ ਚੰਦਰ ਬੈਨਰਜੀ ਕਾਂਗਰਸ ਦੇ ਪਹਿਲੇ ਪ੍ਰਧਾਨ ਸੀ ਇਹ 23rd April ਦੀ 3rd ਸ਼ਿਫਟ ਦਾ ਪੇਪਰ ਆ ਜੀਚ ਇੱਕ ਕਵਸਚਨ ਪੁੱਛਿਆ ਗਿਆ ਜੇ ਪੁੱਛਣ ਕਾਂਗਰਸ ਪਾਰਟੀ ਕਦੋਂ ਬਣਾਈ ਗਈ ਹੈ 1885 ਦੇ ਵਿੱਚ ਬਣਾਈ ਗਈ ਹੈ। ਕਹਿੰਨੇ ਬਣਾਈਆ ਏਓ ਹਿਊਮ ਨੇ ਬਣਾਈਆ। ਅਤੇ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਕਾਂਗਰਸ ਪਾਰਟੀ ਦੀ ਉਹ ਮੀਟਿੰਗ ਇੱਥੇ ਹੁੰਦੀ ਹੈ ਮੁੰਬਈ ਦੇ ਵਿੱਚ ਕਰ। ਤਾਂ ਯਾਦ ਰੱਖਣਾ। ਤੁਜੇ ਗਵਾਸਣਾ ਕਿ ਪੀਐਮ ਸ਼੍ਰੀ ਯੋਜਨਾ ਦਾ ਪੂਰਾ ਨਾਮ ਕੀ ਹੈ? ਸਾਥੀਓ ਸਰਕਾਰ ਨੇ ਨਾ ਤੁਹਾਨੂੰ ਥੋੜਾ ਜਿਹਾ ਆਈਡੀਆ ਦਿਨਾ ਕਿ ਸਰਕਾਰ ਨੇ ਕੀ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਨੇ। ਤੋ ਐਜੂਕੇਸ਼ਨ ਪਾਲਿਸੀ ਜਿਹਦੇ ਚਰ ਨਵੀਆਂ ਗੱਲਾਂ ਕੀਤੀਆਂ ਗਈਆਂ ਨੇ ਨਿਊ ਐਜੂਕੇਸ਼ਨ ਪਾਲਿਸੀ ਹੈ। ਤੋ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕਰਨ ਵਾਸਤੇ ਸਰਕਾਰ ਇੱਕ ਸਕੀਮ ਲੈ ਕੇ ਆਈ ਹੈ ਪੀਐਮ ਸਕੂਲਜ਼ ਫਾਰ ਰਾਈジング ਇੰਡੀਆ। ਜਿਹਦਾ ਸ਼ਾਰਟ ਬਣਾਉਂਗੇ ਤਾਂ ਕੀ ਬਣ ਗਿਆ ਪੀਐਮ ਸ਼੍ਰੀ। ਤੇ ਸ਼੍ਰੀ ਦਾ ਪੂਰਾ ਨਾਮ ਕੀ ਹੈਗਾ ਸਕੂਲਜ਼ ਫਾਰ ਰਾਈジング ਇੰਡੀਆ ਇਹ ਨਵੇਂ ਸਕੂਲ ਖੋਲੇ ਜਾਣਗੇ ਜੀਚੇ ਨਵੀਂ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹ ਲਾਗੂ ਕੀਤੀ ਜਾਊਗੀ। 2011 ਕੀ ਜਨਗਣਨਾ ਅਨੁਸਾਰ ਸਭ ਤੋਂ ਜ਼ਿਆਦਾ ਲਿੰਗਨੁਪਾਤ ਸੈਕਸ ਰੇਸ਼ਿਓ ਕਿਹੜੇ ਰਾਜ ਦਾ ਤੁਹਾਨੂੰ ਪਤਾ ਸਭ ਤੋਂ ਵੱਧ ਸੈਕਸ ਰੇਸ਼ਿਓ ਕਿੱਥੇ ਆ ਬਤਰੋ ਕੇਰਲਾ ਦੇਸ਼ ਕਰਾ ਤਾਂ ਕੇਰਲਾ ਚ 11 ਦੀ ਜਨਗਣਨਾ ਅਨੁਸਾਰ 1084 ਕੁੜੀਆਂ ਨੇ 1000 ਮੁੰਡਿਆਂ ਵਿੱਚ ਤਾਂ ਕੁੜੀਆਂ ਵੱਧ ਨੇ ਮੁੰਡਿਆਂ ਨਾਲੋਂ ਕੇਰਲਾ ਚ ਸਯੇਦ ਕਿਸ ਸੈਨਾ ਦਾ ਬਧ ਹੈ ਕੁਐਸਚਨ ਆਇਆ ਸੀਗਾ ਤਾਂ ਕੁਐਸਚਨ ਦਾ ਉੱਤਰ ਹੈ ਰਾਇਲ 에ਅਰ ਫੋਰਸ ਦਾ 에ਅਰ ਫੋਰਸ ਮੁਹੰਮਦ ਸ਼ਮੀ ਨੂੰ ਕਿਸ ਖੇਲ 'ਚ ਅਰਜੁਨ ਪੁਰਸਕਾਰ ਸੇ ਸਨਮਾਨਿਤ ਕੀਤਾ ਗਿਆ ਤਾਂ ਮੇਨ ਕੁਐਸਚਨ ਇਹ ਹੈ ਕਿ ਮੁਹੰਮਦ ਸ਼ਮੀ ਜਿਹਨੂੰ ਅਰਜੁਨ ਪੁਰਸਕਾਰ ਮਿਲਿਆ ਉਹਦਾ ਸਬੰਧ ਕਿਹੜੀ ਖੇਡ ਨਾਲ ਆਪਾਨੂੰ ਪਤਾ ਵੀ ਇਹ ਕ੍ਰਿਕਟ ਖੇਡਦੇ ਨੇ ਬਹੁਤ ਵਧੀਆ ਬੋਲਰ ਨੇ ਭਾਰ ਦੇ ਸ਼ਰੀਰ ਦਾ ਮੁੱਖ ਸਮਾਨਿਆ ਕੇਂਦਰ ਕਿਹ ਹੈ ਇਹ ਸਾਇੰਸ ਦਾ ਕੁਐਸਚਨ ਸੀ ਬਤਰਾ ਇਹ ਆਪਸ਼ਨਾਂ 'ਚ ਪਤਾ ਲੱਗਣਾ ਸੀ ਵੀ ਕੁਐਸਚਨ ਕੀ ਕਹਿ ਰਿਹਾ ਪਰ ਐਂ ਕੁਐਸਚਨ ਆਪਸ਼ਨਾਂ 'ਚ ਪਤਾ ਲੱਗਦਾ ਇਹ ਉਹ ਚੋ ਕੁਐਸਚਨ ਸੀ ਅਗਲਾ ਹੈਗਾ ਪ੍ਰਮੁੱਖ ਅੰਤਸ਼ਸ਼ਵੀ ਗ੍ਰੰਥੀ ਕਿਹ ਹੈ ਅੰਤਸ਼ਸ਼ੀ ਬਾਬਾ ਐਂਡੋਕ੍ਰਾਈਨ ਗਲੈਂਡ ਤਾਂ ਆਪਾਂ ਨੂੰ ਪਤਾ ਕਿ ਸਾਡੇ ਬਾਡੀ ਚ ਦੋ ਤਰ੍ਹਾਂ ਦੇ ਗਲੈਂਡ ਹੁੰਦੀਆਂ ਨੇ ਐਕਸੋਕ੍ਰਾਈਨ ਤੇ ਐਂਡੋਕ੍ਰਾਈਨ ਐਂਡੋਕ੍ਰਾਈਨ ਜਿਹੜੀ ਗ੍ਰੰਥੀ ਐਕਸੋਕ੍ਰਾਈਨ ਤਬ ਤੋਂ ਵੱਡੀ ਗ੍ਰੰਥੀ ਆ ਉਹ ਕਿਹੜੀ ਹੈਗੀ ਲੀਵਰ ਯੁਕ੍ਰਿਤ ਐਂਡੋਕ੍ਰਾਈਨ ਜੇਕਰ ਪੁੱਛੇ ਤੁਹਾਨੂੰ ਪਤਾ ਸਾਡੇ ਅੰਦਰਲੇ ਪਾਸੇ ਗਲੈਂਡ ਆਗੀ ਥਾਇਰੋਇਡ ਗਲੈਂਡ ਤਾਂ ਜੇ ਪੁੱਛਣ ਕਿ బిਗੇਸਟ ਐਂਡੋਕ੍ਰਾਈਨ ਗਲੈਂਡ ਕਿਹੜੀ ਆ ਤਾਂ థਾਇਰੋਇਡਾ ਜੇਕਰ ਪੁੱਛਣ ਐਕਸੋਕ੍ਰਾਈਨ ਕਿਹੜੀ ਆ ਤਾਂ ਲੀਵਰ ਆ ਜੁਕਰਦਾ ਸਾਬਣ ਵਿੱਚ ਕੀ ਹੁੰਦਾ ਹੈ ਆਪਾਂ ਪੜਿਆ ਸਾਬਣ ਵਿੱਚ ਮੁੱਖ ਤੌਰ ਤੇ ਕੀ ਹੁੰਦਾ ਸੋਡੀਅਮ ਹੁੰਦਾ ਤਾਂ ਧਿਆਨ ਕਰੋ 24 April ਦੇ ਪੇਪਰਸ ਵੀ ਕੁਐਸਚਨ ਆਇਆਗਾ ਤੇ 23 HR ਵੀ ਆਏਗਾ ਤਾਂ ਮੁੱਖ ਤੌਰ ਤੇ ਸਾਬਣ ਚ ਕੀ ਸੋਡੀਅਮ ਤੇ ਪੋਟਾਸ਼ੀਅਮ ਹੁੰਦਾ ਧਿਆਨ ਰੱਖਣਾ ਇਹ ਗੱਲ ਸਭ ਤੋਂ ਪ੍ਰਾਚੀਨ ਵੇਦ ਕੌਣ ਸ ਹੈ ਸਭ ਤੋਂ ਪੁਰਾਣਾ ਵੇਦ ਕਿਹੜਾ ਹੈ ਆਪ ਨੂੰ ਪਤਾ ਰਿਗਵੇਦ ਦਾ ਚਾਰ ਵੇਦ ਨੇ ਰਿਗਵੇਦ ਯਜੁਰਵੇਦ ਸਾਮਵੇਦ ਤੇ ਅਥਰਵਵੇਦ ਸਭ ਤੋਂ ਪੁਰਾਣਾ ਵੇਦ ਕਿਹੜਾ ਹੈਗਾ ਰਿਗਵੇਦ ਪੁੱਤਰੋ 2021-22 ਦੀ ਰਿਪੋਰਟ ਦੇ ਅਨੁਸਾਰ ਸਭ ਤੋਂ ਜ਼ਿਆਦਾ ਲੋਹਾ ਭਾਰਤ ਵਿੱਚ ਕਿਹੜੇ ਰਾਜ ਚ ਪਾਇਆ ਜਾਂਦਾ ਤਾਂ ਲੋਹਾ ਸਭ ਤੋਂ ਵੱਧ ਪਾਇਆ ਜਾਂਦਾ ਕਿਹੜੇ ਰਾਜ ਪੁੱਤਰੋ ਉੜੀਸਾ ਦੇ ਵਿੱਚ ਕਰ ਥੋੜੀ ਹਿੱਸਾ ਦੇ ਵਿੱਚ ਕਰ ਸਭ ਤੋਂ ਵੱਧ ਲੋਹੇ ਦੀਆਂ ਖਾਦਾਨਾਂ ਨੇ ਇੱਕ ਕਵਸਨ ਜੀ ਕਿ 21-22 ਦੇ ਹਿਸਾਬ ਨਾਲ ਸਭ ਤੋਂ ਵੱਧ ਮੈਗਨੀਜ਼ ਮੋਨਨੀਆ ਕਿੱਥੇ ਪਾਇਆ ਜਾਂਦਾ ਤਾਂ ਮੈਗਨੀ ਸਭ ਤੋਂ ਵੱਧ ਕਿੱਥੇ ਪਾਇਆ ਜਾਂਦਾਗਾ ਉਹ ਪਾਇਆ ਜਾਂਦਾ ਪੁੱਤਰੋ मैग्नीज मध्य प्रदेश च द एमपी ਦੇਚਰ ਮੈਗਨੀਜ਼ਾ ਤੇ ਲੋਹਾ ਕਿੱਥੇ ਆ ਉੜੀਸਾ ਚ ਸਵਸਥ ਹੈ ਐਂਡ ਪਰਿਵਾਰ ਕਲਿਆਣ ਮੰਤਰੀ ਆਪ ਸਾਡੇ ਸਿਹਤ ਮੰਤਰੀ ਭਾਰਤ ਦੇ ਭਾਰਤ ਦੇ ਸਿਹਤ ਮੰਤਰੀ ਕੌਣ ਨੇ ਇਹਨਾਂ ਦਾ ਹੈਗਾ ਮਨਸੁਖ ਮੰਡਵੀਆ ਮਨਸੁਖ ਮੰਡਵੀਆ ਜੀ ਭਾਰਤ ਦੇ ਕਿਹਨੇ ਸਿਹਤ ਮੰਤਰੀ ਨੇ ਅਗਲਾ ਕਵਸਨ ਮੈਚ ਚ ਆਇਤ ਮੇ ਕਿਤਨੇ ਵਿਕਰਨ ਹੁੰਦੇ ਹੈ ਵਿਕਰਨ ਕਿਹਨਾਂ ਦੋ ਸਟੇਟ ਲੈਣਾ ਅਬ ਦੋ ਵਾ ਦੋਈ ਬਣਾ ਸਕਦੇ ਆਪਾਂ ਤਾਂ ਕਿੰਨੇ ਵੀ ਕਰਨ ਹੋਣਗੇ ਬੁੱਤਰੋ ਦੋ ਹੋਣਗੇ ਮੰਗਲਬੰਦੇ ਕਿਉਂ ਮਾਰਾ ਗਿਆ ਤੁਹਾਨੂੰ ਪਤਾ ਕਿ ਉਹਨੇ ਕੀ ਕਰ ਜਵਾਬ ਦਿੱਤਾ ਸੀਗਾ ਕਿ ਮੈਂ ਮੂੰਹ ਨਾਲ ਬੰਦੂਖਾ ਨਹੀਂ ਖੋਲਦਾ ਜੀ ਤੇ ਗਾਂ ਤੇ ਸੂਰ ਦੀ ਚਰਬੀ ਲੱਗੀ ਹੋਈ ਆ ਉਹਨੂੰ ਮੈਂ ਯੂਜ਼ ਨਹੀਂ ਕਰੂੰਗਾ ਉਹਦੇ ਕਰਕੇ ਪ੍ਰਜਨਨ ਔਰ ਬਾਪਿਕ ਪਰਵਧਨ ਦਾ ਅੱਛੀ ਉਦਾਹਰਨ ਦੀਜੀਏ ਤਾਂ ਕੌਸਨ ਥੋੜਾ ਜਿਹਾ ਦੇਖਣਾ ਬੂ ਆਪਸ਼ਨਾਂ ਕੀ ਸੀ ਆ ਪਰ ਰੀਪ੍ਰੋਡਕਸ਼ਨ ਨਾਲ ਸੰਬੰਧਤ ਦਾ ਧਿਆਨ ਰੱਖਣਾ ਕਿ ਜਿਹੜੀ ਰੀਪ੍ਰੋਡਕਸ਼ਨ ਹੁੰਦੀ ਆ ਉਹਦਾ ਸਬੰਧ ਕਿਹਦੇ ਨਾਲ ਆ ਉਦਾਹਰਨਾਂ ਦੇ ਕੇ ਆਪਾਂ ਆਨਸਰ ਦੇਵਾਂਗੇ ਆਰ ਬੀ ਸੀ ਦਾ ਕਬਰਿਸਤਾਨ ਬਤਾਇਂ ਆਰ ਬੀ ਸੀ ਰੈੱਡ ਬਲੱਡ 셀 ਇਹਦਾ ਕਬਰਿਸਤਾਨ ਕਿਹਨੂੰ ਕਹਿੰਦੇ ਨੇ ਲੀਵਰ ਨੂੰ ਕਹਿੰਦੇ ਨੇ ਯੁਕ੍ਰਿਤ ਨੂੰ ਕਿਹਾ ਜਾਂਦਾ ਭਾਰਤੀ ਸੰਵਿਧਾਨ ਵਿੱਚ ਕੌਣ ਸਾ ਕਥਨ ਸੱਤਿਆ ਹੈ ਤੁਹਾਨੂੰ ਕੋਈ ਕੁਐਸਚਨ ਬਣਾਇਆ ਹੋਊਗਾ ਭਾਰਤ ਸੰਵਿਧਾਨ ਸੰਬੰਧ ਦਾ ਤਾਂ ਕਿਹੜਾ ਸਹੀ ਆ ਕਿਹੜਾ ਗਲਤ ਆ ਇਹਦੇ ਕੁਐਸਚਨ ਮੜੇ ਯਾਦ ਰੱਖ ਲੈਣੇ ਨੇ ਮੰਗਲਪਾਂਡੇ ਕਿਸ ਕੇ ਸੇ ਸੰਬੰਧਿਤ ਹੈ ਤੁਹਾਨੂੰ ਪਤਾ ਕਿ ਫੌਜੀਆ ਨੇ ਬਦਲੋ ਕਰਤਾ ਸੀ ਫੌਜੀਆਂ ਦੇ ਵਿਦਰੋਹ ਨਾਲ ਸੰਬੰਧ ਨੇ ਮੰਗਲ ਪਾਂਡੇ ਜੀ ਇਹ 23 ਦੇ ਕੁਸਚਨ ਪੇਪਰ ਚ ਪੁੱਛਿਆ ਸੌਰੀ 23 ਅਪ੍ਰੈਲ ਦੇ ਇਹਦੇ ਕੁਸਚਨ ਪੇਪਰ ਨੇ ਉਹ ਚ ਆਏ ਨੇ ਕੱਲ ਨੂੰ ਸਾਨੂੰ ਪ੍ਰੋਪਰਲੀ 24 ਦੇ 25 ਦੇ ਜਿੰਨੇ ਵੀ ਰਹਿੰਦੇ ਨੇ ਉਹ ਪਾਏ ਜਾਣਗੇ ਤਾਂ ਸੁਣਨਾ ਬਸ ਤਾਂ ਕਿ ਫਾਸਟ ਫਾਸਟ ਦੀ ਤਿਆਰੀ ਹੋ ਸਕੇ ਕੁਸਚਨ ਪਤਾ ਲੱਗ ਸਕੇ ਵੀ ਕਿਹੇ ਜਿਹੇ ਕੁਸਚਨ ਪੁੱਛੇ ਜਾ ਰਹੇ ਨੇ ਪਿਛਲੇ ਪੇਪਰ ਵਾਲਿਆਂ ਨੇ ਧਿਆਨ ਕਰਨਾ ਕੁਸਚਨ ਰਿਪੀਟ ਹੁੰਦੇ ਹੁੰਦੇ ਨੇ ਫੋਕਸ ਕਰਨਾ ਕੁਸਚਨਾਂ ਤੇ ਧੰਨਵਾਦ ਜੀ